बठिंडा ब्लाक का जनरल सैकटरी कृपाल सिंह क्यों असी अज स्टेज तो ऐलान करिया भी कल जिहड़ा औरत दिवस आ महिला दिवस मनाया जाता सारे भारत च वो असी दो थावां ते जिहड़े बीजेपी के वड्डे लीडर आ सरजीत कुमार जियाणी ते एक हरजीत गरेवाल उन्हां दे पिंडां च बहुत वड्डे इकट्ठ करके पंजाब पद्धरे औरतां दे स्पैशल नरोल इकट्ठ करके असी वह मुजाहरा करांगे मार्च करांगे क्योंकि हजे ताई वह जिहड़े इत्थों दे पंजाब दे होनहार आ ते उह मोदी दी बोली बोल रहे आ लगातार उन्हां दे खिलाफ साडे इह मार्च आ कल नूं ते आउण वाले दिनां च ट्रैक्टर मार्च भी पिंडां च होणगे ते अज जीते च जाने तुसीं इह वेख सकदे आ भी कल्ला साडा पंजाब नहीं इस टाइम साडे हिमाचल दे वीर भैण भरा सारे साडे नाल आ जाने आए साडा सारा भारत इकट्ठा हो रहा दिल्ली दे आले दुआले जिन्ना चिर साडे किसानी मसले इह हल नहीं हुंदे चंगी तरह ਉਹਨਾਂ ਚਿਰ ਸਾਡੇ ਕਾਫਲੇ ਦਿਨੋਂ ਦਿਨ ਵੱਧਦੇ ਜਾਂਦੇ ਅੱਜ ਜੀਤੇ ਟੋਲ ਪਲਾਜੇ ਤੇ ਸਾਡੇ ਵੀਰ ਪ੍ਰਧਾਨ ਜੀ ਜਿਹੜੇ ਹਿਮਾਚਲ ਤੋਂ ਆਏ ਆ ਇਹ ਵੀਰ ਭੈਣਾਂ ਭਰਾ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਹਿਮਾਚਲ ਵਾਲੇ ਵੀਰ ਭੈਣ ਭਰਾ ਇਹ ਵੇਖ ਲਓ ਝੰਡਿਆਂ ਦੀ ਬੈਜਾਂ ਦੀ ਮੰਗ ਕਰ ਰਹੇ ਆ ਜਾਨੀ ਇੰਨੀ ਪਛਾਣ ਬਣ ਗਈ ਜਥੇਬੰਦੀਆਂ ਦੀ ਵਰਲਡ ਲੈਵਲ ਤੇ ਇਹ ਤਾਂ ਹੈ ਹੀ ਆਪਣੇ ਕਿਉਂਕਿ ਹਿਮਾਚਲ ਪੰਜਾਬ ਹਰਿਆਣਾ ਇਹ ਤਾਂ ਸਿਰਫ ਇੱਕੋ ਹੀ ਸੀ ਪਹਿਲਾਂ ਬਾਅਦ 'ਚ ਇੱਥੋਂ ਜਾਨੀ ਇਹਨਾਂ ਨੇ सरकार ने गलत नीतियां कारण सानू अड्डो अड्ड नखेड़िया होया सी पर अज असी कहने आ भी असी इकट्ठे आ बिल्कुल ते इह किसानी मसले ते लड़ांगे इह वीर जी दस रहे आ भी सोडे तरह असी भी किसान आ साडे कोले भी जमीन जानी जिहड़ा इह हमला है सारिआं ते सांझा ते सांझी साडी लड़ाई बणदी आ असी हर हाल ते इह फैसले जिहड़े वापस करा के रहांगे ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਸਾਰੇ ਪੰਜਾਬ ਦੇ ਵਿੱਚ ਔਰਤਾਂ ਦੇ ਵੱਡੇ ਇਕੱਠ ਸੀ ਇੱਥੋਂ ਮਨਜੀਤ ਗਰੇਵਾਲ ਆ ਜਿਹੜਾ ਧਨੌਲੇ ਦੇ ਵਿੱਚ ਉਹਦੇ ਘਰਾਂ ਮੂਹਰੇ ਲਿਜਾ ਰਹੇ ਹਾਂ ਔਰਤਾਂ ਦਾ ਇਕੱਠ ਅਤੇ ਇੱਧਰੋਂ ਅਸੀਂ ਜਿਹੜਾ ਸਰਜੀਤ ਜਿਆਣੀ ਹੈ ਉਹਦੇ ਪਿੰਡ ਦੇ ਵਿੱਚ ਅਸੀਂ ਜਿਹੜਾ ਫਾਜ਼ਿਲਕੇ ਕੋਲ ਉਹਦਾ ਪਿੰਡ ਹੈ ਉੱਥੇ ਅਸੀਂ ਔਰਤਾਂ ਦਾ ਨਰੋਲ ਵੱਡਾ ਇਕੱਠ ਕਰਕੇ ਉਹ ਜਿਹੜੇ ਆਪ ਮਹਾਰੇ ਮਤਲਬ ਪੰਜਾਬ ਦੇ ਲੋਕਾਂ ਕਿਸਾਨਾਂ ਦੇ ਵਿਰੁੱਧ ਬੋਲ ਰਹੇ ਹੈ ਉਹਨਾਂ ਦੇ ਘਰਾਂ ਮੂਹਰੇ ਵੱਡੇ ਔਰਤਾਂ ਦੇ ਇਕੱਠ ਕਰਕੇ ਰਾਜੀ ਹੋਰ ਜੀ ਪ੍ਰੋਗਰਾਮ ਲਿਖਿਆ ਗਿਆ ਤੁਹਾਡਾ ਜੀ ਹਾਂ ਸਾਡਾ ਮਤਲਬ 19 ਤਰੀਕ ਨੂੰ ਜਿਹੜਾ ਹੈਗਾ ਉਹ ਇੱਥੇ IMF ਵੱਲੋਂ ਜਿਹੜਾ ਖੇਤੀ ਕਾਨੂੰਨਾਂ ਬਾਰੇ ਅਖਬਾਰਾਂ ਦੇ ਵਿੱਚ ਬਿਆਨ ਦਿੱਤਾ ਹੈ ਕਿ ਬਹੁਤ ਵਧੀਆ ਕਾਨੂੰਨ ਹੈ ਸਰਕਾਰ ਨੇ ਸੁਧਾਰ ਖੇਤੀ ਕੀਤੀ ਹੈ ਜਿਹਦੇ ਨਾਲ ਕਿਸਾਨਾਂ ਦੀ ਆਮਦਨ ਵੱਧ ਜਾਣੀ ਹੈ ਅਸੀਂ 19 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਪੂਰੀਆਂ ਆਰਤੀਆਂ ਫੂਕਣੀਆਂ ਅਤੇ 20 ਤੋਂ 21 ਤਰੀਕ ਨੂੰ ਪੰਜਾਬ ਦੇ ਵਿੱਚ ਟਰੈਕਟਰਾਂ ਦਾ ਵੱਡਾ ਮਾਰਚ ਆ ਜਿਹੜਾ ਉਹ ਸਾਰੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੱਢਣਾ ਹੈ।